ਤੁਸੀਂ ਕਹਿ ਕੇ 22 ਦੀ ਚੋਰਕੀ ਦੀ ਕਮਾਂਡ ਥੱਲੇ ਲੜੋਗੇ ਤੁਸੀਂ ਉਹ ਮੇਰਾ ਬਿਲਕੁਲ ਸਪਸ਼ਟ ਸੰਕੇਤ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਪੰਜਾਬ ਦੇ ਨੇ ਅਗਰ ਇਹਨਾਂ ਦੀ ਕਮਾਂਡ ਦੇ ਵਿੱਚ 2012 ਦੀ ਚੋਣ ਆਉਂਦੀ ਹੈ ਤਾਂ ਤਮਾਨ ਚੋਣ ਮદાન ਦੇ ਵਿੱਚ ਨਹੀਂ ਆਊਗਾ ਕਾਰਨ ਸਤ ਇਹਦੇ ਕਾਰਨ ਪਹਿਲੀ ਗੱਲ ਤੇ ਹੈ ਕਿ ਮੇਰੀ ਆਪ ਦੀ ਮੈਂ ਇੰਡੀਪੈਂਡੈਂਟ ਆ ਮੇਰੀ ਆਪਤੀ ਰਹਾ ਹੈ ਕਿ ਮੈਂ ਉਹਨਾਂ ਦੀ ਕਮਾਂਡ ਥਲੇ ਚੋਂ ਲੜਨਾ ਪਸੰਦ ਨਹੀਂ ਕਰਦਾ ਪਸੰਦ ਨਹੀਂ ਕਰਦਾ ਕਿਉਂਕਿ ਲੋਕਾਂ ਦੇ ਵਿੱਚ ਜਦੋਂ ਜਾਵਾਂਗੇ ਸਾਡੇ ਦੇਵੇ ਦੇਣ ਨੂੰ ਕੋਈ ਜਵਾਬ ਨਹੀਂ ਹੈ ਨਹੀਂ ਜਵਾਬ ਦਾ ਮਤਲਬ ਕੰਮ ਨਹੀਂ ਹੋਏ ਹੈਗੇ ਜਿਹੜੇ ਇਹ ਨਹੀਂ ਅਸੀਂ ਕਹਿ ਸਕਦੇ ਕੰਮ ਨਹੀਂ ਹੋਏ ਸਵਾਲ ਇਹ ਹੁੰਦਾ ਮੈਂ ਹਮੇਸ਼ਾ ਕਹਿੰਨਾ ਕਾਫੀ ਸਾਰੇ ਬੰਦੇ ਸਾਡੇ ਇਸ ਗੱਲ ਤੇ ਖੁਸ਼ ਹੋ ਜਾਂਦੇ ਨੇ ਕਿ ਅਸੀਂ ਹਲਕੇ ਦਾ ਬਹੁਤ ਵਿਕਾਸ ਕਰਤਾ ਬਿਲਕੁਲ ਮੈਂ ਕਹਾ ਕਿ ਮੇਰੇ ਹਲਕੇ ਦਾ ਵਿਕਾਸ ਨਹੀਂ ਹੋਇਆ ਢੜਬੇ ਦਾ ਵਿਕਾਸ ਸਿਰੇ ਦਾ ਹੋਇਆ ਅਮਰਗੜ ਐਮੰਦਗੜ ਪੂਰਾ ਵਿਕਾਸ ਹੋਇਆ ਪਰ ਕਦੇ ਵੀ ਚੋਣ ਮੁੱਦਾ ਵਿਕਾਸ ਨਹੀਂ ਬਣ ਸਕਦਾ ਅੱਜ ਤੱਕ ਨਹੀਂ ਕਦੇ ਬਣਿਆ ਜਿਹੜਾ ਚੋਣ ਦਾ ਮੁੱਦਾ ਹੈ ਉਹ ਏਜੰਡੇ ਹੁੰਦੇ ਨੇ ਏਜੰਡਿਆਂ ਤੇ ਚੋਣ ਲੜੀ ਜਾਂਦੀ ਹੈ ਜਿਹੜੇ ਮੁੱਦਿਆਂ ਤੇ ਪੰਜਾਬ ਦੇ ਲੋਕ ਸਾਨੂੰ ਸਤਾ ਦਿੰਦੇ ਨੇ ਲੋਕ ਉਹਨਾਂ ਦੇ ਉੱਤੇ ਫਿਰ ਸਵਾਲ ਕਰਦੇ ਨੇ ਕਿ ਤੁਹਾਨੂੰ ਅਸੀਂ ਇਹਨਾਂ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਸਰਕਾਰ ਚਾਉਣ ਦਾ ਮੌਕਾ ਦਿੱਤਾ ਹੈ ਕਿ ਤੁਸੀਂ ਪੰਜਾਬ ਦਾ ਇਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਵੀ ਸਾਨੂੰ ਜਵਾਬ ਦੇ ਦਿਓ ਕਿ ਕਿਹੜਾ ਮੁੱਦਾ ਤੁਸੀਂ ਹੱਲ ਕੀਤਾ ਹੈ ਇਸ ਕਰਕੇ ਮੈਂ ਸਾਰੀ ਗੱਲ ਜਾਣਦਾ ਕਿ ਭਾਵੇਂ ਬੇਆਦਵੀ ਦਾ ਮੁੱਦਾ ਹੈ ਭਾਵੇਂ ਨਸ਼ਿਆਂ ਦਾ ਮੁੱਦਾ ਹੈ ਭਾਵੇਂ ਰੇਤ ਮਾਫੀ ਦਾ ਮੁੱਦਾ ਹੈ ਭਾਵੇਂ ਟ੍ਰਾਂਸਪੋਰਟ ਦਾ ਮੁੱਦਾ ਹੈ ਭਾਵੇਂ ਘਰ ਘਰ ਨੌਕਰੀ ਦਾ ਮੁੱਦਾ ਹੈ ਬੇਸ਼ੱਕ ਅਸੀਂ 4500 ਦੇ ਆਸ 4500 ਕਰੋੜ ਦੇ ਆਸ-ਪਾਸ ਕਰਜ਼ੇ ਮਾਫ ਕੀਤੇ ਨੇ ਪਰ ਜਿਹੜਾ ਅਸੀਂ ਵਾਦਾ ਕੀਤਾ ਕਿ ਅਸੀਂ ਪੂਰਨ ਕਰਜ਼ੇ ਮਾਫ ਕਰਾਂਗੇ ਉਹਨਾਂ ਤੇ ਸੀ ਪੂਰੀ ਨਹੀਂ ਕਿਉਂ ਲੋਕ ਤਾਂ ਉਹ ਗੱਲ ਦਾ ਸਵਾਲ ਕਰ ਰਹੇ ਕਿ ਤੁਸੀਂ ਤਾਂ ਇਹ ਕਿਹਾ ਸੀ ਅਸੀਂ ਜੰਨਾ ਮਰਜੀ ਕਹੀਦੇ ਕਿ ਅਸੀਂ ਜੀ 4700 4500 ਕਰੋੜ ਮਾਫ ਕਰਤਾ ਐਨੇ ਲੱਖ ਕਰਜ਼ੇ ਜਿਹੜੇ ਕਿਸਾਨਾਂ ਦੇ ਗਰੀਬ ਦੇ ਮਾਫ ਕਰਤੇ ਪਰ ਲੋਕਾਂ ਨੇ ਗੱਲ ਸਾਡੇ ਸੁਣਨੀ ਨਹੀਂ ਕਿਉਂਕਿ ਅਸੀਂ ਉਦੋਂ ਇਸ ਉਸ ਵੇਲੇ ਇਹ ਕਹਿੰਦਾ ਕਿ ਅਸੀਂ ਪੂਰਨ ਕਰਜ਼ੇ ਮਾਫ ਕਰਾਂਗੇ ਲਖੀਰ ਮਾਰਾਂਗੇ ਕਰਾਂਗੇ ਕਰੀਏ ਤੇ ਇਸ ਕਰਕੇ ਸਾਡਾ ਮੁੱਦਾ ਉੱਥੇ ਹੀ ਖੜਾ ਹੈ ਕਿਉਂਕਿ ਆਪਾਂ ਨੇ ਪਾਵਰ ਪਰਚੇਜ ਜਿਹੜੀ ਬਿਜਲੀ ਦਾ ਸਮਝੌਤਾ ਹੈ ਪੀਪੀ ਦਾ ਉਹ ਵੀ ਅਸੀਂ ਰੱਦ ਨਹੀਂ ਕਰ ਸਕੇ ਮਹਿੰਗੀ ਬਿਜਲੀ ਆ ਜਿਹੜੀ ਇੰਡਸਟਰੀ ਨੂੰ ਮਿਲ ਰਹੀ ਹੈ ਮਹਿੰਗੀ ਬਿਜਲੀ ਜਿਹੜਾ ਸਾਡੇ ਖਪਤਕਾਰ ਨੇ ਉਹਨਾਂ ਨੂੰ ਮਿਲ ਰਹੀ ਹੈ ਦੇਤ ਭਾਈ ਜਾਰੇ ਦੇ ਕਈ ਲੋਕ ਨੇ ਉਹਨਾਂ ਦੀ ਯੂਨਟ ਹੀ ਨਹੀਂ ਮਾਫ ਮਿਲ ਰਹੀ ਹੈ ਉਹਦੇ ਵਿੱਚ 200 ਯੂਨਟਾਂ ਕਿਉਂਕਿ ਯੂਨਟਾਂ ਦੇ ਜਿਹੜਾ 200 ਤੋਂ ਹਰ ਇੱਕ ਦੇ ਵੱਧ ਮੁਫਕੀਆਂ ਨੇ ਜਦੋਂ 200 ਤੋਂ ਉੱਤੇ ਯੂਨਟ ਆਪੀ ਗੀ ਆਟੋਮੈਟਿਕ ਸਾਰਾ ਬੈਰ ਸਮਝਣਾ ਪੈਂਦਾ ਉਹਦੇ ਦੈਰੇ ਚ ਬਹੁਤ ਘੱਟ ਲੋਕ ਹੁੰਦੇ ਨੇ ਜਾਂ ਤਾਂ ਇਹ ਹੋਵੇ ਵੀ 200 ਯੂਨਟ ਸੋਡੀ ਮਾਫ ਹੈ ਜਿਹੜੇ 200 ਤੋਂ ਉੱਤੇ ਬਿਲ ਆਊਗਾ ਉਹ ਅਸੀਂ ਤੁਹਾਨੂੰ ਬਿੱਲ ਭੇਜਾਂਗੇ ਫਿਰ ਤਾਂ ਨੀਤੀ ਸਾਫ ਹੋ ਔਰ ਮੈਂ ਸਮਝਦਾ ਭੰਵੇਂ ਹੁਣ ਆਪ ਨੇ ਨਾਰਾ ਦਿੱਤਾ ਕਿ 300 ਮੁਫਤ ਦੇਵਾਂਗੇ 300 ਕੁਦ ਬਿੱਲ ਲਮਾਗੇ ਇਹ ਲੋਕਾਂ ਦੇ ਵਿੱਚ ਨਾ ਭੱੜਲ ਪੁੱਸਾ ਪਾਇਆ ਜਾ ਰਿਹਾ ਮੈਂ ਕਹਿੰਦਾ ਕੋਈ ਵੀ ਸਰਕਾਰ ਕੋਈ ਪਾਰਟੀ ਜਦੋਂ ਕੋਈ ਨਾਰਾ ਦਿੰਦੀ ਹੈ ਪਹਿਲੀ ਗੱਲ ਤਾਂ ਮੁਫਤ ਦੀ ਰਾਜਨੀਤੀ ਕਰਨੀ ਨਹੀਂ ਚਾਹੀਦੀ ਇਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਸਾਨੂੰ ਅਸੀਂ ਜਦੋਂ ਕੋਈ ਮੁਫਤ ਦੀ ਗੱਲ ਕਰਦੇ ਹਾਂ ਰੇਤਾਂ ਦੀ ਗੱਲ ਕਰਦੇ ਹਾਂ ਸਾਨੂੰ ਇੱਕ ਪ੍ਰੋਗਰਾਮ ਦੇਣਾ ਚਾਹੀਦਾ ਕਿ ਅਸੀਂ ਆ ਪੈਸਾ ਇੱਥੋਂ ਲੈ ਕੇ ਆਵਾਂਗੇ ਹੁਣ ਪੰਜਾਬ ਦੇ ਸਿਰ ਤੇ 2.5 2.5 ਲੱਖ 3000 ਕਰੋੜ ਦਾ ਕਰਜ਼ਾ ਖੜਾ ਹੈ ਇਹ ਤਾਂ ਇਹ ਤਾਂ ਜਿਹੜਾ ਕਰਜ਼ਾ ਲਾਹਾਂਗੇ ਕਿਵੇਂ ਜਾਂ ਤਾਂ ਦੇਖੋ ਸਰ ਜਮੇ ਨਵਜੋਤ ਸਿੱਧੂ ਜੀ ਨੇ ਇੱਕ ਪਾਲਿਸੀ ਦੇ ਕੇ ਇਹਦੀ ਬੜੀਆ ਵੀ ਤੇ ਪਾਲਿਸੀ ਸੀ ਉਹ ਪਾਲਿਸੀ ਸਰਕਾਰ ਉਹਦੀ ਲਾਗੂ ਕਰ ਜਾਂਦੀ ਜਿਹੜਾ ਮਾਫੀ ਹੈ ਉਹ ਲਗਭਗ ਜਿਆਦਾ ਨਹੀਂ ਤਾਂ 80% ਸੇ ਖਤਮ ਕਰਜ਼ੇ ਕਾਮਯਾਬ ਹੋ ਜਾਂਦੇ ਸਾਡੇ ਖਾਤੇ 'ਚ ਸਾਡੇ ਖਜ਼ਾਨੇ 'ਚ ਪੈਸਾ ਆਉਂਦਾ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਸਕਦੇ ਤੇ ਪਰ ਅੱਜ ਅੱਜ ਇਸ ਵੇਲੇ ਬਾਲੀਆਂ ਸਹੂਲਤਾਂ ਦੇਣ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੈ ਸਿੱਧੂ ਸਾਹਿਬ ਪ੍ਰਧਾਨ ਬਣ ਚੁੱਕੇ ਨੇ ਪਰ ਸੀਐਮ ਸਾਹਿਬ ਉਹਨਾਂ ਦੀ ਗੱਲ ਸੁਣੀ ਦੀ ਜੇ ਇਹ ਚਾਹੇ 18 ਨੁਕਾਤੀ ਪ੍ਰੋਗਰਾਮ ਲੈ ਕੇ ਆਏ ਸੀ ਉਡੀਤੇ ਕੋਈ ਗੱਲ ਨਹੀਂ ਪੂਰੀ ਹੈਗੀ ਨਾ ਕੋਈ ਰਿਸਪਾਂਸ ਨਹੀਂ ਆਇਆ ਉਹਨਾਂ ਦਾ ਦੇਖੋ ਵੱਡੀ ਗੱਲ ਹੈ ਭਾਵੇਂ ਧਮਾਨ ਹੈ ਭਾਵੇਂ ਸਿੱਧੂ ਹੈ ਭਾਵੇਂ ਪ੍ਰਗਟ ਹੈ ਅਸੀਂ ਜਿਹੜੇ ਬੰਦੇ ਨੇ ਮੁੱਦਿਆਂ ਦੀ ਗੱਲ કરી ਹੈ ਲੋਕਾਂ ਦੀ ਗੱਲ કરી ਅੱਜ ਅਸੀਂ ਆਪਣੀ ਗੱਲ ਤੇ ਖਰੇ ਖੜੇ ਆ ਸਾਡਾ ਸਟੈਂਡ ਅਸੀਂ ਆਪਣੇ ਸਟੈਂਡ ਦੇ ਉੱਤੇ ਕਾਇਮ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਦੇ اٹھਾਏ ਪੰਜਾਬ ਦੇ ਮੁੱਦਿਆਂ ਦੀ ਗੱਲ કરી ਲੋਕਾਂ ਨਾਲ ਜਿਹੜੇ ਵਾਅਦੇ ਪੰਜਾਬ ਸਰਕਾਰ ਸਾਡੀ ਪਾਰਟੀ ਨੇ ਕੀਤੇ ਉਹ ਹਮੇਸ਼ਾ ਯਾਦ ਕਰੇ ਅੱਜ ਵੀ ਯਾਦ ਕਰਾ ਰਹੇ ਨੇ ਜਿਹੜਾ ਸਾਡਾ ਰੋਲ ਹੈ ਅਸੀਂ ਬੜਾ ਵਖੂਬੀ ਨਿਵਾ ਰਹੇ ਹਾਂ ਬੜਾ ਦਲੇਰੀ ਨਾਲ ਨਿਵਾ ਰਹੇ ਹਾਂ ਅਪਦੀ ਅਸੀਂ ਜਿਹੜੇ ਜੋ ਵੀ ਸਾਨੂੰ ਲੋਕਾਂ ਨੇ ਡਿਊਟੀ ਦਿੱਤੀ ਹੈ ਅਸੀਂ ਇਮਾਨਦਾਰੀ ਨਾਲ ਕੰਮ ਦੇ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਫੈਸਲੇ ਇਹ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਲੈਣੇ ਨੇ ਔਰ ਜਿਹੜਾ ਪ੍ਰਧਾਨ ਦਾ ਰੋਲ ਹੈ ਪਾਰਟੀ ਦਾ ਨਵਜੋਤ ਸਿੱਧੂ ਜੀ ਦਾ ਉਹ ਪਾਰਟੀ ਦਾ ਜਿਹੜਾ ਕੰਮ ਹੈ ਵਖੂਬੀ ਕਰ ਰਹੇ ਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਬੜਾ ਦਲੇਰੀ ਨਾਲ ਪੰਜਾਬ ਸਰਕਾਰ ਦੇ ਅੱਗੇ ਰੱਖ ਰਹੇ ਨੇ ਇਹ ਫੈਸਲਾ ਲੈਣੇ ਸਰਕਾਰ ਨੇ